ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਮੇਰਾ ਪੰਜਾਬ ਚੈਨਲ। ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਜਹਾਜ਼ ਦੇ ਅੰਦਰ ਬੈਠਣ ਦੀ ਬਜਾਏ ਜਹਾਜ਼ ਦੇ ਟਾਇਰਾਂ ਦੇ ਵਿੱਚ ਬੈਠ ਕੇ ਬਾਹਰਲੀ ਕੰਟਰੀ ਜਾਣਾ ਹੈ ਤਾਂ ਤੁਹਾਡਾ ਜਵਾਬ ਕੀ ਹੋਵੇਗਾ? ਕਿ ਨਹੀਂ, ਇਹ ਕਿੱਦਾਂ ਹੋ ਸਕਦਾ ਹੈ, ਇੱਦਾਂ ਨਹੀਂ ਹੋ ਸਕਦਾ ਜੀ। ਜੀ ਹਾਂ ਦੋਸਤੋ, ਕੁਝ ਅਜਿਹਾ ਹੀ ਕਰਕੇ ਵਿਖਾਇਆ ਹੈ ਪੰਜਾਬ ਦੇ ਰਹਿਣ ਵਾਲੇ ਇਸ ਵਿਅਕਤੀ ਨੇ, ਜਿਸ ਦੀ ਫੋਟੋ ਤੁਸੀਂ ਸਕਰੀਨ 'ਤੇ ਸ਼ੋ ਹੁੰਦੀ ਦੇਖ ਰਹੇ ਹੋ। ਇਸ ਵਿਅਕਤੀ ਨੇ ਦਿੱਲੀ ਤੋਂ ਲੰਡਨ ਤੱਕ ਜਹਾਜ਼ ਦੇ ਟਾਇਰਾਂ ਵਿੱਚ ਸਫ਼ਰ ਤੈਅ ਕੀਤਾ ਅਤੇ ਇਹ ਸਫ਼ਰ ਕਿੰਨਾ ਖੌਫਨਾਕ ਸੀ ਤੁਹਾਨੂੰ ਅੱਗੇ ਪੂਰੀ ਵੀਡੀਓਜ਼ ਦੇ ਵਿੱਚ ਦੱਸਾਂਗੇ। ਵੀਡੀਓ ਕਾਫੀ ਇੰਟਰਸਟਿੰਗ ਹੋਣ ਵਾਲੀ ਹੈ, ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਵੀਡੀਓ ਦੇਖਦੇ ਦੇਖਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਬੇਨਤੀ ਹੈ, ਵੀਡੀਓ ਨੂੰ ਚਲਦੀ ਚਲਦੀ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਡੀਆਂ ਨਵੀਆਂ ਵੀਡੀਓਜ਼ 'ਤੇ ਨੋਟੀਫਿਕੇਸ਼ਨ ਮਿਲਦੇ ਰਹਿਣ। ਆਓ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ ਸਕਰੀਨ 'ਤੇ। ਜਿਸ ਵਿਅਕਤੀ ਦੀ ਤੁਸੀਂ ਵੀਡੀਓ ਦੇਖ ਰਹੇ ਹੋ, ਇਸਦਾ ਨਾਮ ਪ੍ਰਦੀਪ ਸੈਣੀ ਹੈ ਅਤੇ ਇਸਦੇ ਛੋਟੇ ਭਰਾ ਦਾ ਨਾਮ ਵਿਜੇ ਸੈਣੀ, ਅਤੇ ਅੱਜ ਤੋਂ 23 ਸਾਲ ਪਹਿਲਾਂ ਦੋਵੇਂ ਭਰਾ ਪੰਜਾਬ ਵਿੱਚ ਰਹਿੰਦੇ ਸੀ ਅਤੇ ਪ੍ਰਦੀਪ ਇੱਕ ਕਾਰ ਮਕੈਨਿਕ ਦਾ ਕੰਮ ਕਰਦਾ ਸੀ। ਇਸ ਕਾਰ ਮਕੈਨਿਕ ਦੇ ਕੰਮ ਤੋਂ ਪ੍ਰਦੀਪ ਨੂੰ ਬਿਲਕੁਲ ਵੀ ਸੰਤੁਸ਼ਟੀ ਨਹੀਂ ਸੀ, ਕਿਉਂਕਿ ਪ੍ਰਦੀਪ ਸੈਣੀ ਚਾਹੁੰਦਾ ਸੀ ਕਿ ਮੈਂ ਕਿਸੇ ਬਾਹਰਲੀ ਕੰਟਰੀ ਜਾਵਾਂ ਅਤੇ ਖੂਬ ਪੈਸਾ ਕਮਾਵਾਂ ਤਾਂ ਜੋ ਆਪਣੇ ਮਾਂ ਬਾਪ ਨੂੰ ਅਤੇ ਆਪਣੀ ਫੈਮਿਲੀ ਨੂੰ ਚੰਗੀ ਜ਼ਿੰਦਗੀ ਬਤੀਤ ਕਰਾ ਸਕਾਂ। ਇੱਕ ਵਾਰ ਦੀ ਗੱਲ ਹੈ ਕਿ ਅਕਤੂਬਰ 1996 ਵਿੱਚ ਪ੍ਰਦੀਪ ਰੋਜ਼ਾਨਾ ਵਾਂਗ ਕਾਰ ਠੀਕ ਕਰ ਰਿਹਾ ਸੀ ਤਾਂ ਕਾਰ ਠੀਕ ਕਰਦਾ ਕਰਦਾ ਉਸਦੇ ਦਿਮਾਗ ਵਿੱਚ ਇਹ ਵਿਚਾਰ ਆਇਆ, ਬਹੁਤ ਸਾਰੇ ਲੋਕ ਇੰਨਾ ਇੰਨਾ ਪੈਸਾ ਲਗਾ ਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਆ, ਕਿਉਂ ਨਾ ਕੋਈ ਐਸਾ ਤਰੀਕਾ ਲੱਭਿਆ ਜਾਵੇ ਜਿਸ ਵਿੱਚ ਮੇਰਾ ਪੈਸਾ ਵੀ ਨਾ ਲੱਗੇ ਅਤੇ ਬਾਹਰ ਵੀ ਚਲਿਆ ਜਾਵਾਂ। ਇਸ ਤੋਂ ਬਾਅਦ ਪ੍ਰਦੀਪ ਸੈਣੀ ਨੇ ਇਹ ਗੱਲ ਆਪਣੇ ਛੋਟੇ ਭਰਾ ਵਿਜੇ ਸੈਣੀ ਨਾਲ ਸਾਂਝੀ ਕੀਤੀ। ਵਿਜੇ ਸੈਣੀ ਨਾਲ ਸਹਿਮਤ ਹੋ ਗਿਆ ਅਤੇ ਦੋਵਾਂ ਦੀ ਸਹਿਮਤੀ ਤੋਂ ਬਾਅਦ ਦੋਵਾਂ ਦੀ ਰਾਏ ਇੱਕ ਹੋ ਗਈ ਅਤੇ ਦੋਵਾਂ ਨੂੰ ਨਵਾਂ ਤਰੀਕਾ ਲੱਭਿਆ, ਜਹਾਜ਼ ਦੇ ਟਾਇਰਾਂ ਦੇ ਵਿੱਚ ਬੈਠ ਕੇ ਬਾਹਰਲੇ ਦੇਸ਼ ਜਾਇਆ ਜਾ ਸਕਦਾ ਹੈ। ਬਸ ਫਿਰ ਕੀ ਸੀ, ਦੋਵੇਂ ਭਰਾ ਇਸ ਕੰਮ ਨੂੰ ਕਰਨ ਲਈ ਤਿਆਰ ਸੀ। ਬਸ ਇੰਨੀ ਗੱਲ ਦੀ ਦੇਰੀ ਸੀ ਕਿ ਅਗਲੇ ਦਿਨ ਦੋਵੇਂ ਭਰਾ ਬੱਸ ਚੜ੍ਹੇ ਅਤੇ ਪੰਜਾਬ ਤੋਂ ਦਿੱਲੀ ਏਅਰਪੋਰਟ ਪਹੁੰਚ ਗਏ। ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਜਹਾਜ਼ ਤਿਆਰ ਹੈ ਉਡਾਣ ਭਰਨ ਦੇ ਲਈ, ਜੋ ਕਿ ਲੰਡਨ ਨੂੰ ਜਾ ਰਿਹਾ ਸੀ। ਇਸ ਜਹਾਜ਼ ਦੇ ਟਾਇਰਾਂ ਵਿੱਚ ਲੁਕਣ ਦਾ ਤਰੀਕਾ ਦੋਵਾਂ ਦੇ ਦਿਮਾਗ ਵਿੱਚ ਪਹਿਲਾਂ ਹੀ ਸੀ ਅਤੇ ਹੁਣ ਉਹ ਇਸ ਕੰਮ ਨੂੰ ਕਰਨ ਲਈ ਤਿਆਰ ਵੀ ਸਨ। ਉਸ ਵੇਲੇ ਭਾਵ ਕਿ ਅੱਜ ਤੋਂ 23-24 ਸਾਲ ਪਹਿਲਾਂ ਏਅਰਪੋਰਟ 'ਤੇ ਕੁਝ ਜ਼ਿਆਦਾ ਸਿਕਿਉਰਿਟੀ ਨਹੀਂ ਸੀ ਹੁੰਦੀ, ਜਿਸ ਕਰਕੇ ਉਹ ਬੜੀ ਹੀ ਆਸਾਨੀ ਦੇ ਨਾਲ ਜਹਾਜ਼ ਦੇ ਟਾਇਰਾਂ ਵਿੱਚ ਲੁਕ ਗਏ ਅਤੇ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਵੇਖਿਆ। ਜਹਾਜ਼ ਦੇ ਟਾਇਰਾਂ ਦੇ ਵਿੱਚ ਲੁਕਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਜਹਾਜ਼ ਦੇ ਟਾਇਰਾਂ ਵਿੱਚ ਵੜ ਗਏ, ਭਾਵ ਕਿ ਜਦੋਂ ਟਾਇਰ ਖੁੱਲ੍ਹਦੇ ਨੇ ਉਹਨਾਂ ਦੇ ਵਿਚਕਾਰਲਾ ਹਿੱਸਾ ਹੁੰਦਾ ਹੈ, ਦੋਵੇਂ ਭਰਾ ਅਲੱਗ ਅਲੱਗ ਦੋਨਾਂ ਹਿੱਸਿਆਂ ਦੇ ਵਿੱਚ ਲੇਟ ਗਏ। ਬਸ ਫਿਰ ਕੀ ਸੀ, ਇਹ ਜਹਾਜ਼ ਆਪਣੇ ਮਿੱਥੇ ਸਮੇਂ 'ਤੇ ਉਡਾਣ ਭਰਨ ਲਈ ਤਿਆਰ ਸੀ। ਉਹ ਦੋਵੇਂ ਭਰਾ ਆਪੋ ਆਪਣੀ ਜਗ੍ਹਾ ਦੇ ਵਿੱਚ ਫਸੇ ਹੋਏ ਸਨ। ਬ੍ਰਿਟਿਸ਼ ਏਅਰਵੇਜ਼ ਦਾ ਜ਼ੀਬੋ ਜ਼ੈੱਟ 74 ਆਪਣੀ 4000 ਮੀਲ ਦੀ ਉਡਾਣ ਭਰਨ ਲਈ ਤਿਆਰ ਸੀ ਅਤੇ ਜਿਉਂ ਹੀ ਰਾਈਟ ਸਮਾਂ ਹੋਇਆ ਜਹਾਜ਼ ਨੇ ਆਪਣੀ ਉਡਾਣ ਭਰੀ। ਇੱਥੋਂ ਹੀ ਸ਼ੁਰੂ ਹੁੰਦਾ ਹੈ ਦੋਵਾਂ ਭਰਾਵਾਂ ਦੀ ਯਾਤਰਾ ਦਾ ਖੌਫਨਾਕ ਸਫ਼ਰ। ਹਵਾ ਵਿੱਚ ਉਡਾਣ ਭਰਨ ਤੋਂ ਬਾਅਦ ਇਸ ਜਹਾਜ਼ ਨੇ ਆਪਣੀ ਪੂਰੀ ਸਪੀਡ ਫੜ ਲਈ। ਇਸ ਜਹਾਜ਼ ਦਾ ਸ਼ੋਰ ਇੰਨਾ ਕੁ ਜ਼ਿਆਦਾ ਸੀ, ਇੰਨਾ ਖੜਕਾ ਕੁ ਜ਼ਿਆਦਾ ਸੀ ਕਿ ਦੋਵੇਂ ਭਰਾ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਸੀ ਕਰ ਪਾਉਂਦੇ, ਕਿਉਂਕਿ ਜ਼ਿਆਦਾ ਸ਼ੋਰ ਹੋਣ ਕਰਕੇ ਇੱਕ ਦੂਜੇ ਦੀ ਗੱਲ ਸੁਣ ਨਹੀਂ ਸੀ ਦਿੰਦੀ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ ਉਵੇਂ ਉਵੇਂ ਟੈਂਪਰੇਚਰ ਘੱਟਦਾ ਜਾ ਰਿਹਾ ਸੀ। ਆਖਰ ਉਹ ਸਮਾਂ ਆਇਆ ਕਿ ਟੈਂਪਰੇਚਰ -60 ਡਿਗਰੀ 'ਤੇ ਪਹੁੰਚ ਗਿਆ ਅਤੇ ਦੋਵਾਂ ਭਰਾਵਾਂ ਦੇ ਸਰੀਰ ਬਿਲਕੁਲ ਸੁੰਨ ਹੋ ਗਏ ਅਤੇ ਨੀਲੇ ਹੋ ਗਏ। ਉਚਾਈ 'ਤੇ ਪਹੁੰਚਣ ਨਾਲ ਆਕਸੀਜਨ ਦੀ ਮਾਤਰਾ ਹੌਲੀ ਹੌਲੀ ਘਟਣੀ ਸ਼ੁਰੂ ਹੋ ਗਈ ਅਤੇ ਦੋਵਾਂ ਭਰਾਵਾਂ ਦੀ ਹਾਰਟਬੀਟ ਯਾਨੀ ਧੜਕਣ ਵੀ ਬਿਲਕੁਲ ਸਲੋਅ ਹੋ ਗਈ। ਭਰਾ ਬੇਸ਼ੱਕ ਟਾਇਰਾਂ ਦੇ ਵਿੱਚ ਲੁਕ ਕੇ ਇੰਗਲੈਂਡ ਜਾ ਰਹੇ ਸਨ, ਪਰ ਉਹਨਾਂ ਦੋਵਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਸਫ਼ਰ ਉਹਨਾਂ ਲਈ ਕਿੰਨਾ ਖੌਫਨਾਕ ਸਿੱਧ ਹੋਵੇਗਾ। ਜਹਾਜ਼ ਦੇ ਉਡਾਣ ਭਰੇ ਨੂੰ ਕਾਫੀ ਸਮਾਂ ਬੀਤ ਚੁੱਕਾ ਸੀ ਅਤੇ ਜਹਾਜ਼ ਦੇ ਸ਼ੋਰ ਕਾਰਨ ਦੋਵਾਂ ਭਰਾਵਾਂ ਦਾ ਦਿਮਾਗ ਬਿਲਕੁਲ ਪਾਗਲ ਹੁੰਦਾ ਜਾ ਰਿਹਾ ਸੀ। ਹੌਲੀ ਹੌਲੀ ਆਕਸੀਜਨ ਦੀ ਮਾਤਰਾ ਘਟਦੀ ਜਾ ਰਹੀ ਸੀ, ਦੋਵਾਂ ਭਰਾਵਾਂ ਦਾ ਸਰੀਰ ਜਮਾ ਦੇਣ ਵਾਲੀ ਠੰਡ ਕਰਕੇ ਸੁੰਨ ਹੋ ਗਿਆ ਅਤੇ ਨੀਲਾ ਪੈ ਚੁੱਕਿਆ ਸੀ। ਤੁਹਾਨੂੰ ਦੱਸ ਦਈਏ ਕਿ ਆਪਣੇ ਘਰਾਂ ਵਿੱਚ ਫਰਿੱਜਾਂ ਵਿੱਚ ਜੰਮਣ ਵਾਲੀ ਬਰਫ਼ ਬਿਲਕੁਲ 0 ਡਿਗਰੀ 'ਤੇ ਜੰਮਦੀ ਹੈ ਅਤੇ ਜੇਕਰ ਬਰਫ਼ ਦਾ ਡਲਾ ਆਪਣੇ ਹੱਥੇ ਰੱਖੀਏ ਤਾਂ ਹੱਥ ਸੁੰਨ ਹੋ ਜਾਂਦਾ ਹੈ। ਉਹ ਦੋਵੇਂ ਭਰਾ 0 ਡਿਗਰੀ ਤੋਂ ਵੀ -60 ਡਿਗਰੀ ਦੇ ਤਾਪਮਾਨ 'ਚ ਸੀ ਤਾਂ ਉਹਨਾਂ ਦੀ ਹਾਲਤ ਕੀ ਹੋਈ ਹੋਵੇਗੀ, ਇਹ ਤਾਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ। ਇੰਨਾ ਮੁਸ਼ਕਿਲ ਹਾਲਾਤਾਂ ਦੇ ਚੱਲਦਿਆਂ ਪ੍ਰਦੀਪ ਸੈਣੀ ਦਾ ਛੋਟਾ ਭਰਾ ਵਿਜੇ ਸੈਣੀ ਇਹ ਸਭ ਕੁਝ ਨਾ ਸਹਿਣ ਕਰ ਸਕਿਆ ਅਤੇ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ। ਦਿੱਲੀ ਏਅਰਪੋਰਟ ਤੋਂ ਲੰਡਨ ਏਅਰਪੋਰਟ ਦਾ ਟੋਟਲ ਸਮਾਂ 10 ਘੰਟੇ ਸੀ, ਪਰ ਜਦੋਂ ਵਿਜੇ ਸੈਣੀ ਨੇ ਪ੍ਰਾਣ ਤਿਆਗੇ ਤਾਂ ਹਾਲੇ ਵੀ 4 ਘੰਟੇ ਦਾ ਸਮਾਂ ਬਾਕੀ ਸੀ। ਬਸ ਫਿਰ ਕੀ ਸੀ, 4000 ਫੁੱਟ ਦੀ ਉਚਾਈ ਤੋਂ ਉੱਡਦਾ ਹੋਇਆ ਜਹਾਜ਼ ਲੰਡਨ ਆ ਪਹੁੰਚਿਆ। ਲੰਡਨ ਪਹੁੰਚਣ ਤੋਂ ਬਾਅਦ ਜਹਾਜ਼ ਨੇ ਜਿਉਂ ਹੀ ਲੈਂਡਿੰਗ ਸ਼ੁਰੂ ਕੀਤੀ ਅਤੇ ਲੈਂਡ ਕਰਦਿਆਂ ਕਰਦਿਆਂ ਵਿਜੇ ਸੈਣੀ ਜੋ ਪ੍ਰਾਣ ਤਿਆਗਿਆ ਸੀ ਉਹ ਥੱਲੇ ਜਾ ਡਿੱਗਿਆ। ਉਸ ਟਾਈਮ ਜਹਾਜ਼ ਦੀ ਉਚਾਈ 2000 ਫੁੱਟ ਤੋਂ ਵੀ ਜ਼ਿਆਦਾ ਸੀ। ਹੌਲੀ ਹੌਲੀ ਲੈਂਡ ਕਰਦਿਆਂ ਆਖਰ ਇਹ ਜਹਾਜ਼ ਏਅਰਪੋਰਟ ਦੇ ਰਨਵੇ 'ਤੇ ਪਹੁੰਚਿਆ। ਰਨਵੇ 'ਤੇ ਪਹੁੰਚਦਿਆਂ ਹੀ
एयरपोर्ट के अधिकारी की निगाह प्रदीप सैनी ते पई जिहड़ा कि टायरों के बेहोशी की हालत में पिया सी। जहाज के रुकण तो बाद प्रदीप सैनी नूं टायरों चों कढ़िया गया पर उस समय प्रदीप सैनी का बहुत बुरा हाल सी अते उस नूं तुरंत एंबूलेंस विच पा के होस्पिटल ले जाया गया अते उसका ट्रीटमेंट किया गया। जदों डॉक्टर ने देखा कि प्रदीप सैनी के साह हले भी चल रहे हैं वो ये देख के हैरान हो गए कि इन्नी कड़ाके की ठंड में बिना ऑक्सीजन तो लगातार 10 घंटे बिना कुछ खाधे पीते इंसान जिंदा किवें रह सकता है। आखिरकार जो भी होया डॉक्टर ने ट्रीटमेंट किया तो बिल्कुल ठीक ठाक हो गया। बाद विच जो प्रदीप सैनी को पता लगा कि उसका छोटा भरा इस दुनिया को छड्ड गया है भुब्बा मार के वो रोन लगा। बाद विच प्रदीप सैनी ने गैर कानूनी तरीके का लंडन पहुँचा तो कानूनी कार्रवाई की गई और यह कानूनी कार्रवाई 1996 तो लैके 2014 तक चली। आखिरकार लंबी कानूनी कार्रवाई तो बाद ब्रिटिश सरकार ने प्रदीप सैनी तो खुश हो के उसके जज्बे दिल दे अते उसके हौसले नूं देखदिआं उसनूं वापस इंडिया भेजन की बजाय उसनूं अपने देश लंडन विच पक्का रहण दा हुक्म दे दिता। वाहिगुरू की कृपा नाल प्रदीप सैनी लंडन विच रह रहा है अते उत्थे एक वाइफ अते अपने बच्चों के नाल बिल्कुल सुखी जीवन बतीत कर रहा है। पर प्रदीप सैनी का कहना है कि मैं बाहर आ के अपनी कमाई का करन दा सुपना तो पूरा कर लिया है पर अज भी उसनूं ये गल का झोरा वढ वढ के खा रहा है। बाहर आने के लालच के विच मैं अपना छोटा भरा गवा लिया। प्रदीप सैनी की वीडियोज़ देखने तो बाद तुहानू बहुत खुशी होनी होगी। वीडियोज़ वधिया लगी तो लाइक जरूर करना और वीडियोज़ नू अपने दोस्तों मित्रों नाल शेयर जरूर करना। अज की वीडियोज़ दे विच बस इन्ना ही। मिलते हैं नवी वीडियोज़ के नाल। तद तक लई रब रखा।